ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਅਪਡੇਟ ਲੈ ਕੇ ਆਇਆ ਚੰਡੀਗੜ੍ਹ ਪੁਲਿਸ ਵੱਲੋਂ। ਚੰਡੀਗੜ੍ਹ ਪੁਲਿਸ ਵੱਲੋਂ ਤੁਹਾਨੂੰ ਪਤਾ ਵੀ IT ਕਾਂਸਟੇਬਲ ਦੀ ਭਰਤੀ ਨਿਕਲੀ ਸੀ। ਹਾਲੇ ਕਾਫੀ ਕੈਂਡੀਡੇਟਸ ਦੇ ਮਨ ਦੇ ਵਿੱਚ ਕਨਫਿਊਜ਼ਨ ਚੱਲ ਰਹੀ ਆ ਕਿ ਉਹ ਭਰਤੀ ਜਿਹੜੀ ਅਲੱਗ ਅਲੱਗ ਡੋਮੇਨਸ ਦੇ ਵਿੱਚ ਨਿਕਲੀ ਸੀ। ਤਾਂ ਮੈਂ ਇੱਥੇ ਗੱਲ ਕਲੀਅਰ ਕਰਦਾ ਵੀ ਤੁਸੀਂ ਸਟੈਂਡਿੰਗ ਆਰਡਰ ਦੇਖਿਆ ਹੋਣਾ। ਤਾਂ ਦੋਸਤੋ, ਤੁਸੀਂ ਇਹ ਜਿਹੜਾ ਸਟੈਂਡਿੰਗ ਆਰਡਰ ਦੇਖਿਆ ਹੋਣਾ, ਜਦੋਂ ਆਪਣੀ ਤੁਸੀਂ ਇਸ ਭਰਤੀ ਸੰਬੰਧੀ ਇਹ ਸਟੈਂਡਿੰਗ ਆਰਡਰ ਵਾਇਰਲ ਹੋਇਆ ਸੀ ਪਹਿਲਾਂ ਆਪਣੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਸਟੈਂਡਿੰਗ ਆਰਡਰ ਕੀ ਕਹਿੰਦਾ ਜੀ? ਸਟੈਂਡਿੰਗ ਆਰਡਰ ਦੇ ਵਿੱਚ ਇਹ ਸੀਗਾ ਵੀ 13 ਡੋਮੇਨਸ ਨੇ ਜਿਹੜੇ ਵੱਖਰੇ ਵੱਖਰੇ, ਅਤੇ ਇਹਦੇ ਅਕੋਰਡਿੰਗ ਭਰਤੀ ਹੋਣੀ। ਬਟ ਜਦੋਂ ਨੋਟੀਫਿਕੇਸ਼ਨ ਆਇਆ ਤਾਂ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਇੱਕ ਡੋਮੇਨ ਹੀ ਪਾਇਆ, ਇੱਕ ਡੋਮੇਨ ਦੇ ਵਿੱਚ ਹੀ ਭਰਤੀ ਕੀਤੀ ਆ, IT ਸਪੋਰਟ ਦੇ ਵਿੱਚ। ਉਹ ਕਿਉਂ ਕੀਤੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ। ਉਹ ਕਿਉਂ ਕੀਤੀ ਆ, ਦੇਖੋ ਤੁਸੀਂ ਇਹ ਜਿਹੜੇ ਹੁਣ ਦੇਖੋਗੇ, ਸਾਈਬਰ ਸਿਕਿਉਰਿਟੀ ਹੋ ਗਿਆ, ਡਾਟਾ ਮਾਈਨਿੰਗ ਹੋ ਗਿਆ, ਨੈਟਵਰਕ ਮੈਨੇਜਮੈਂਟ ਹੋ ਗਿਆ, ਡਾਟਾ ਐਨਾਲਿਟਿਕਸ ਹੋ ਗਿਆ, ਵਾਇਰਲੈਸ ਟੈਲੀਕਮਿਊਨੀਕੇਸ਼ਨ, ਵੈਬਸਾਈਟ ਐਡਮਿਨਿਸਟ੍ਰੇਸ਼ਨ, ਠੀਕ ਆ, ਸਿਸਟਮ ਐਡਮਿਨ, ਪ੍ਰੋਗਰਾਮਿੰਗ, ਡਾਟਾਬੇਸ ਐਡਮਿਨ, IT ਸਪੋਰਟ, ਸਾਈਬਰ ਕ੍ਰਾਈਮ, OSINT, ਠੀਕ ਆ। ਤਾਂ ਅਲੱਗ ਅਲੱਗ ਡੋਮੇਨਸ ਹੋ ਗਏ। ਹੁਣ ਤੁਸੀਂ ਜੇ IT ਸਪੋਰਟ ਇੱਕ ਐਸੀ ਡੋਮੇਨ ਆ ਦੋਸਤੋ, ਜਿਹਦੇ ਵਿੱਚ ਸਾਰੀਆਂ ਡੋਮੇਨਸ ਦਾ ਮਿਕਸਅਪ ਤੁਸੀਂ ਇਹਨੂੰ ਕਹਿ ਸਕਦੇ ਹੋ, ਠੀਕ ਆ। IT ਸਪੋਰਟ ਡੋਮੇਨ ਦਾ ਜਿਹੜਾ ਕੈਂਡੀਡੇਟ ਆ ਉਹਦਾ, ਉਹਨੂੰ ਕਹਿ ਸਕਦੇ ਹੋ ਤੁਸੀਂ ਵੀ ਇਹ ਇੱਕ ਵਰਸਟਾਈਲ ਕੈਂਡੀਡੇਟ ਆ, ਠੀਕ ਹੈ। ਤਾਂ ਵਰਸਟਾਈਲ ਇੱਕ ਡੋਮੇਨ ਆ ਜਿਹਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ। ਤੁਸੀਂ ਇਹਦਾ ਸਿਲੇਬਸ ਦੇਖੋਗੇ, ਸੋਫਟਵੇਅਰ ਹਾਰਡਵੇਅਰ ਦੋ ਪਾਰਟ ਆ ਇਹਦੇ ਸਿਲੇਬਸ ਦੇ ਵਿੱਚ IT ਸਪੋਰਟ ਦੇ, ਜਿਹਦੇ ਵਿੱਚ ਦੇਖੋ ਪ੍ਰੋਗਰਾਮਿੰਗ ਦਾ ਵੀ ਤੁਹਾਨੂੰ ਸੈਕਸ਼ਨ ਮਿਲੇਗਾ, ਠੀਕ ਹੈ। ਪ੍ਰੋਗਰਾਮਿੰਗ ਦੇ ਵਿੱਚ ਸੀ, C++, ਜਾਵਾ, .NET, ਠੀਕ ਹੈ, ਓਪਸ, ਇਸ ਤੋਂ ਇਲਾਵਾ ਤੁਹਾਡੀ SQL ਸਰਵਰ, ਠੀਕ ਹੈ, SQL ਦੀਆਂ ਜੋ ਵੀ ਕੁਐਰੀਜ਼ ਹੁੰਦੀਆਂ ਨੇ, ਡਾਟਾ ਸਟਰਕਚਰਸ ਦੇ ਬਾਰੇ ਆ। ਇਸ ਤੋਂ ਇਲਾਵਾ ਵੈਬ ਡਿਜ਼ਾਇਨਿੰਗ ਦਾ ਵੀ ਤੁਹਾਨੂੰ ਇਹਦੇ 'ਚ ਮਿਲ ਜਾਂਦਾ, ਠੀਕ ਹੈ। ਇਸ ਤੋਂ ਇਲਾਵਾ ਓਪਰੇਟਿੰਗ ਸਿਸਟਮ ਦੇ ਬਾਰੇ ਵੀ ਮਿਲ ਜਾਂਦਾ, ਯੂਨਿਕਸ, ਲਿਨਕਸ, ਸ਼ੈਲ ਪ੍ਰੋਗਰਾਮਿੰਗ, ਠੀਕ ਹੈ ਜੀ। ਦੈਨ ਤੁਹਾਡਾ ਨੈਟਵਰਕਿੰਗ ਦੇ ਰਿਲੇਟਡ ਵੀ ਇਹਦੇ 'ਚ ਮਿਲ ਜਾਂਦਾ ਤੁਹਾਨੂੰ, ਨੈਟਵਰਕ ਟੈਕਨੋਲੋਜੀਜ਼, ਇੰਟਰਨੈਟ, ਠੀਕ ਹੈ, IP ਐਡਰੈਸ, ਸਵਿੱਚ, TCP/IP, VPN, ਫਾਇਰਵਾਲ, ਕ੍ਰਿਪਟੋਗ੍ਰਾਫੀ, ਸਿਸਟਮ ਸਿਕਿਉਰਿਟੀ, ਅਤੇ ਸਾਈਬਰ ਕ੍ਰਾਈਮ ਦਾ ਵੀ ਇਹਦੇ 'ਚ ਪਾਰਟ ਤੁਹਾਨੂੰ ਇਹਦੇ ਵਿੱਚ ਹੀ ਮਿਲ ਜਾਂਦਾ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ MS ਆਫਿਸ ਦਾ ਵੀ ਇਹਦੇ 'ਚ ਡਿਟੇਲਸ ਹੈ। ਉਸ ਤੋਂ ਇਲਾਵਾ ਕਲਾਊਡ ਕੰਪਿਊਟਿੰਗ ਹੈ, ਉਸ ਤੋਂ ਇਲਾਵਾ ਸੋਫਟਵੇਅਰ ਟੈਸਟਿੰਗ ਹੈ, ਠੀਕ ਹੈ। ਤਾਂ ਇੱਕ ਸਾਰੀਆਂ ਡੋਮੇਨਸ ਦਾ ਤੁਸੀਂ ਇਹਨੂੰ ਮਿਕਸਅਪ ਡੋਮੇਨ ਇੱਕ ਕਹਿ ਸਕਦੇ ਹੋ, ਠੀਕ ਹੈ। ਹਾਰਡਵੇਅਰ ਦੇ ਵਿੱਚ ਅੱਗੇ ਤੁਹਾਡੀਆਂ, ਠੀਕ ਹੈ, ਆ ਜਾਂਦੀਆਂ ਕੰਪਿਊਟਰ ਸਿਸਟਮ ਆਰਕੀਟੈਕਚਰ ਦੇ ਰਿਲੇਟਡ ਜੋ ਵੀ ਇੰਟੀਗ੍ਰੇਟਡ ਸਰਕਿਟਸ ਹੁੰਦੇ ਆ, ਲੌਜਿਕ ਗੇਟਸ ਹੁੰਦੇ ਆ, ਠੀਕ ਹੈ, ਕਾਫੀ ਸਾਰੇ ਹੈਗੇ ਆ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਨੇ ਇਹ ਡੋਮੇਨ ਦੇ ਵਿੱਚ ਭਰਤੀ ਕੱਢੀ IT ਸਪੋਰਟ ਦੇ ਵਿੱਚ, ਤਾਂ ਕਿ ਇਹਨਾਂ ਨੂੰ ਜਿਹੜੇ ਵੱਖਰੇ ਵੱਖਰੇ ਡੋਮੇਨਸ ਦਾ ਇੱਕੋ ਦੇ ਵਿੱਚ ਹੀ ਸਾਰਾ ਕੁਝ ਮਿਲਦੇ, ਠੀਕ ਹੈ। ਇਸ ਕਰਕੇ ਇੱਕ ਡੋਮੇਨ ਦੇ ਵਿੱਚ ਭਰਤੀ ਕੱਢੀ ਗਈ ਹੈ, ਇੱਕੋ ਡੋਮੇਨ ਦੇ ਵਿੱਚ ਇਹ 144 ਕੈਂਡੀਡੇਟ ਜਿਹੜੇ ਰੱਖੇ ਜਾਣੇ, ਜੋ ਚੰਡੀਗੜ੍ਹ ਪੁਲਿਸ ਦੇ ਵਿੱਚ IT ਕਾਂਸਟੇਬਲ ਦੀ ਭਰਤੀ ਹੈ, ਠੀਕ ਹੈ ਜੀ। ਪਹਿਲੀ ਗੱਲ ਤਾਂ ਇਹ ਕਲੀਅਰ ਕਰਦਾ, ਕਿਉਂਕਿ ਇਹਦੇ ਸੰਬੰਧੀ ਮੈਨੂੰ ਲਗਭਗ 10-15 ਕੈਂਡੀਡੇਟਸ ਨੇ ਅਲੱਗ ਅਲੱਗ ਪੁੱਛਿਆ ਵੀ ਇਹਦੇ 'ਚ ਅਸੀਂ ਕਿਹੜੀ ਕਿਹੜੀ ਡੋਮੇਨ 'ਚ ਅਪਲਾਈ ਕਰ ਸਕਦੇ ਹਾਂ, ਠੀਕ ਹੈ, ਕਿਉਂਕਿ ਹਾਲੇ ਉਹ ਸਟੈਂਡਿੰਗ ਆਰਡਰ ਦੇ ਅਕੋਰਡਿੰਗ ਸੋਚ ਰਿਹਾ। ਉਸ ਤੋਂ ਬਾਅਦ ਨੋਟੀਫਿਕੇਸ਼ਨ ਕੈਂਡੀਡੇਟਸ ਨੇ ਨਹੀਂ ਚੈੱਕ ਕੀਤਾ, ਤਾਂ ਜੇਕਰ ਨੋਟੀਫਿਕੇਸ਼ਨ ਨਹੀਂ ਚੈੱਕ ਕੀਤਾ ਤਾਂ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰੋ, ਠੀਕ ਹੈ। ਇਹ ਵਾਲਾ ਜਿਹੜਾ ਤੁਸੀਂ ਦੇਖ ਲਓ ਰਿਕਰੂਟਮੈਂਟ ਨੋਟਿਸ, ਇਹ ਚੈੱਕ ਕਰੋ, ਇੱਥੇ ਤੁਹਾਨੂੰ ਕਲੀਅਰ ਹੋ ਜਾਏਗਾ ਵੀ ਇੱਕ ਡੋਮੇਨ ਦੇ ਵਿੱਚ ਹੀ ਭਰਤੀ ਜਿਹੜੀ ਆਈ ਹੈ। ਸੈਕਿੰਡ ਗੱਲ, ਜਿਹੜੀ ਇੱਕ ਹੋਰ ਡਾਊਟ ਆ ਰਿਹਾ ਇਸ ਭਰਤੀ ਦੇ ਰਿਲੇਟਡ, ਉਹ ਆ ਰਿਹਾ ICT ਨੂੰ ਲੈ ਕੇ। ਇੱਕ ਵਾਰੀ ਆਪਾਂ ਇਹਦਾ ਨੋਟੀਫਿਕੇਸ਼ਨ ਹੀ ਖੋਲ ਲੈਂਦੇ ਹਾਂ, ਠੀਕ ਹੈ, ਤਾਂ ਕਿ ਤੁਹਾਨੂੰ ਹੋਰ ਕਲੈਰਿਟੀ ਇਸ ਚੀਜ਼ ਦੀ ਹੋ ਜਾਏ। ਪਹਿਲਾਂ ਆਪਾਂ ਉਹ ਡੋਮੇਨ ਵਾਲਾ ਹੀ ਦੇਖ ਲਈਏ ਸਿਸਟਮ, ਠੀਕ ਹੈ ਜੀ, ਜਿਹੜੀ ਮੈਂ ਹੁਣ ਗੱਲ ਕਰ ਰਿਹਾ ਸੀ ਡੋਮੇਨ ਦੀ। ਤਾਂ ਇਸ 'ਚ ਤੁਸੀਂ ਦੇਖੋਗੇ ਵੀ ਡੋਮੇਨ ਸਪੈਸ਼ਲਾਈਜੇਸ਼ਨ IT ਸਪੋਰਟ, ਠੀਕ ਹੈ ਜੀ, ਇੱਕੋ ਹੀ ਡੋਮੇਨ ਦੇ ਵਿੱਚ ਇਹਨਾਂ ਨੇ ਭਰਤੀ ਕੱਢੀ ਹੈ। ਤਾਂ ਕਿ ਕਿਉਂਕਿ ਜੇ 13 ਡੋਮੇਨਸ 'ਚ ਕੱਢਦੇ ਤਾਂ ਤੁਸੀਂ ਖੁਦ ਦੇਖੋ ਵੀ ਇਹਨੂੰ 13 ਨਾਲ ਤੁਸੀਂ ਜਦੋਂ ਦੇਖਦੇ ਤਾਂ ਦੋ ਦੋ ਇੱਕ ਇੱਕ ਪੋਸਟ ਬਚਣੀ ਸੀ ਹਰ ਇੱਕ ਡੋਮੇਨ ਨੂੰ।
ਤਾਂ ਉਹ ਇੱਕ ਬੜਾ ਗੁੰਝਲਦਾਰ ਜਿਹਾ ਕੰਮ ਹੋ ਜਾਣਾ ਸੀ, ਜਿਵੇਂ ਪੰਜਾਬ ਪੁਲਿਸ 'ਚ ਤੁਸੀਂ ਦੇਖਿਆ ਵੀ TSS 'ਚ, ਠੀਕ ਹੈ। ਤਾਂ ਅੱਗੇ ਅੱਗੇ ਜਾ ਕੇ ਕਾਫੀ ਪੋਸਟਾਂ ਘੱਟ ਜਾਂਦੀਆਂ ਜਦੋਂ ਕੈਟੇਗਰੀ ਵਾਈਜ਼ ਗੱਲ ਹੁੰਦੀ ਹੈ। ਉਸ ਤੋਂ ਬਾਅਦ ਜੀ ਇੱਕ ਚੀਜ਼ ਹੋਰ ਜਿਹੜੀ ਕੈਂਡੀਡੇਟਸ ਨੂੰ ਕਨਫਿਊਜ਼ਨ ਆ ਰਹੀ ਹੈ, ਠੀਕ ਹੈ, ਉਹ ਆ ਰਹੀ ਹੈ ਜੀ ਇਸ ਨੂੰ ਲੈ ਕੇ ਕੰਪਿਊਟਰ ਸਕਿੱਲਸ। ਇਹਦੇ ਵਿੱਚ ਲਿਖਿਆ ICT ਕੋਰਸ ਜਿਹੜਾ ਤੁਸੀਂ ਕੀਤਾ ਹੋਵੇ ਜਾਂ ਐਂਟਰੀ ਲੈਵਲ 'ਤੇ ਮੈਂਡੇਟਰੀ ICT ਕੋਰਸ। ਤਾਂ ਇਹਦੇ ਵੀ ਮੈਂ ਤੁਹਾਨੂੰ ਇਸ ਵੀਡੀਓ 'ਚ ਕਲੈਰੀਫਿਕੇਸ਼ਨ ਦੇਣ ਲੱਗਿਆ, ਕਿਉਂਕਿ ਮੈਨੂੰ ਇਸ ਸੰਬੰਧੀ ਇੱਕ ਲੜਕੀ ਦਾ ਮੈਸੇਜ ਆਇਆ ਸੀ ਜਿਨ੍ਹਾਂ ਨੇ ਬੀਟੈਕ ਕੀਤੀ ਸੀ, ਬੀਟੈਕ CS ਦੇ ਐਸਪੀਰੈਂਟ ਸੀ ਉਹ, ਠੀਕ ਹੈ। ਤਾਂ ਬੀਟੈਕ CS ਕੀਤੀ ਹੋਈ ਸੀ ਅਤੇ ਉਹ ਉਹਨਾਂ ਨੇ ਕਿਹਾ ਕਿ ਮੈਂ ਇਸ ਕਰਕੇ ਨਹੀਂ ਅਪਲਾਈ ਕਰ ਰਹੀ ਚੰਡੀਗੜ੍ਹ ਪੁਲਿਸ IT ਦਾ, ਕਿਉਂਕਿ ਉੱਥੇ ICT ਕੋਰਸ ਮੰਗਿਆ ਅਤੇ ਮੇਰੇ ਕੋਲ ICT ਕੋਰਸ ਹੈ ਨਹੀਂ, ਠੀਕ ਹੈ ਜੀ। ਤਾਂ ਮੈਂ ਇੱਥੇ ਕਲੀਅਰ ਕਰਦਾ ਤੁਹਾਨੂੰ, ICT ਕੀ ਹੈ ਜੀ? ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਕੋਰਸ ਹੈ, ਭਾਵ ਕਿ IT ਦਾ ਇੱਕ ਤੁਸੀਂ ਕੋਰਸ ਕਹਿ ਸਕਦੇ ਹੋ। ਤਾਂ ਇਹਦਾ ਇੱਕ ਨੋਟੀਫਿਕੇਸ਼ਨ ਆਇਆ 25/11/2019 ਨੂੰ, ਅਤੇ ਇਹ ਨੋਟੀਫਿਕੇਸ਼ਨ ਦਾ ਨੰਬਰ ਹੈ। ਇਹਦੀਆਂ ਹਦਾਇਤਾਂ ਕੀ ਕਹਿੰਦੀਆਂ ਨੇ, ਹੁਣ ਇਹਦਾ ਇਹ ਚੀਜ਼ ਆਪਾਂ ਕਲੀਅਰ ਕਰਤੀ ਪਹਿਲਾਂ ਇਹਦੇ 'ਚ, ਠੀਕ ਹੈ ਜੀ। ਇਹ ਵਾਲਾ ਇਹ ਨੋਟੀਫਿਕੇਸ਼ਨ ਹੈ 25/11/2019 ਦਾ, ਜਿਹੜਾ ਉਹਦੇ 'ਚ ਐਡਵਰਟੀਜ਼ਮੈਂਟ 'ਚ ਦਿੱਤਾ, ਠੀਕ ਹੈ। ਤਾਂ ਆਪਾਂ ਨੋਟੀਫਿਕੇਸ਼ਨ ਹੀ ਚੱਕ ਲਿਆ ਪੂਰਾ, ਇਹ ਨੋਟੀਫਿਕੇਸ਼ਨ ਹੈ ਜੀ 25/11/19, ਅਤੇ ਇਹ ਨੋਟੀਫਿਕੇਸ਼ਨ ਦਾ ਨੰਬਰ ਹੈ, ਇਹ ਸਾਰਾ ਆਪਣਾ ਤੁਸੀਂ ਮਿਲਾਨ ਕਰ ਲਿਓ ਇਹਦੇ ਨਾਲ। ਤਾਂ ਇਹਦੇ ਵਿੱਚ ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਲੈਟਰ ਜਾਰੀ ਕੀਤਾ ਗਾ ਆਲ ਦਾ ਐਡਮਿਨਿਸਟ੍ਰੇਟਿਵ ਸੈਕਰੇਟਰੀਜ਼, ਹੈੱਡ ਆਫ ਡਿਪਾਰਟਮੈਂਟਸ, ਬੋਰਡਸ, ਕਾਰਪੋਰੇਸ਼ਨਸ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਅੰਡਰ ਜੋ ਆਉਂਦੇ ਆ। ਤਾਂ ਇਹਨਾਂ ਨੇ ਲਿਖਿਆ ਕਿ ਮੈਂਡੇਟਰੀ ਬੇਸਿਕ ICT ਸਕਿੱਲਸ ਹੋਣੇ ਚਾਹੀਦੇ ਆ, ਟ੍ਰੇਨਿੰਗ ਫੋਰ ਦਾ ਆਫਿਸਰਸ ਅਫੀਸ਼ੀਅਲਸ ਆਫ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਠੀਕ ਹੈ। ਤਾਂ ਜਿਹੜੇ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨੇ, ਅਫੀਸ਼ੀਅਲਸ ਨੇ, ਜਿਹੜੇ ਨਵੇਂ ਭਰਤੀ ਹੋ ਰਹੇ ਨੇ ਜਾਂ ਜਿਹੜੇ ਪਹਿਲਾਂ ਵਾਲੇ ਆ, ਉਹਨਾਂ ਨੂੰ ਇਹ ਸਾਰਿਆਂ ਨੂੰ ICT ਸਕਿੱਲਸ ਸਿਖਾ ਰਹੇ ਆ, ਭਾਵ ਕਿ ਕੰਪਿਊਟਰ ਦੀ ਨੌਲੇਜ ਦੇ ਰਹੇ ਆ, ਤਾਂ ਕਿ ਕੋਈ ਕੰਪਿਊਟਰ ਦਾ ਕੰਮ ਹੋਵੇ ਤਾਂ ਇਹ ਨਾ ਹੋਵੇ ਵੀ ਕੱਲ੍ਹ ਨੂੰ ਕੋਈ ਕਹਿ ਦੇ ਯਾਰ ਮੈਨੂੰ ਕੰਪਿਊਟਰ ਆਉਂਦਾ ਨਹੀਂ, ਠੀਕ ਹੈ। ਤਾਂ ਉਸ ਕਰਕੇ ਉਹ ਬੇਸਿਕ ਕੰਪਿਊਟਰ ਸਾਰਿਆਂ ਨੂੰ ਹੀ ਮੈਂਡੇਟਰੀ ਕਰ ਰਹੇ ਆ ਇਹ, ਠੀਕ ਹੈ। ਵੀਡੀਓ ਪੂਰੀ ਦੇਖਿਓ, ਵੀਡੀਓ ਛੱਡਿਓ ਨਾ, ਠੀਕ ਹੈ। ਇਹਦੇ 'ਚ ਤੁਹਾਨੂੰ ਬੜੀ ਵਧੀਆ ਜਾਣਕਾਰੀ ਮਿਲਣੀ ਆ ਚੰਡੀਗੜ੍ਹ ਪੁਲਿਸ ਦੇ ਰਿਲੇਟਡ। ਤਾਂ ਇਹਨਾਂ ਨੇ ਕੋਰਸ ਰੱਖੇ ਆ ਜੀ, ਕਿਹੜੇ ਕਿਹੜੇ ਕੋਰਸ ਆ, ਜਿਹੜੀਆਂ ਦਾ ਗਰੁੱਪ ਏ ਅਤੇ ਬੀ ਦੀਆਂ ਜੋਬਸ ਨੇ ਉਹਨਾਂ ਵਾਸਤੇ CCC ਕੋਰਸ ਹੈ, 126 ਘੰਟੇ ਦਾ, 126 ਘੰਟੇ ਤੋਂ ਲੈ ਕੇ 200 ਆਵਰਸ ਤੱਕ ਦਾ ਕੋਰਸ ਹੈ ਇਹ, ਠੀਕ ਹੈ। ਜਿਹੜੀਆਂ ਪੋਸਟਾਂ ਗਰੁੱਪ 'ਤੇ, ਗਰੁੱਪ ਏ ਅਤੇ ਬੀ 'ਚ ਆਉਂਦੀਆਂ। ਹੁਣ ਜਿਹੜੀਆਂ ਪੋਸਟਾਂ ਹੈਗੀਆਂ ਗਰੁੱਪ ਸੀ ਦੀਆਂ, ਭਾਵ ਕਿ ਹੁਣ ਜਿਹੜੀ ਚੰਡੀਗੜ੍ਹ IT ਕਾਂਸਟੇਬਲ ਦੀ ਭਰਤੀ ਹੈ ਇਹ ਗਰੁੱਪ ਸੀ ਦੇ ਵਿੱਚ ਆਉਂਦੀ ਹੈ। ਤਾਂ ਇਹਨਾਂ ਨੇ ਮੰਗਿਆ ਜੀ ਕੋਰਸ ਔਨ ਕੰਪਿਊਟਰ ਕਨਸੈਪਟਸ, CCC ਕੋਰਸ ਮੰਗਿਆ, 80 ਘੰਟੇ ਦਾ ਜੋ ਕੋਰਸ ਹੁੰਦਾ, ਠੀਕ ਹੈ। ਅਤੇ ਜਿਹੜੀਆਂ ਗਰੁੱਪ ਡੀ ਪੋਸਟਾਂ ਚੰਡੀਗੜ੍ਹ 'ਚ ਆਉਣੀਆਂ ਨੇ ਉਹਦੇ 'ਚ ਅਵੇਅਰਨੈਸ ਐਂਡ ਕੰਪਿਊਟਰ ਕਨਸੈਪਟਸ ACC ਕੋਰਸ ਹੁੰਦਾ 20 ਘੰਟੇ ਦਾ, ਜਾਂ ਫਿਰ ਬੇਸਿਕ ਕੰਪਿਊਟਰ ਕੋਰਸ BCC ਕੋਰਸ ਹੁੰਦਾ 36 ਘੰਟੇ ਦਾ, ਇਹ ਮੰਗਿਆ, ਠੀਕ ਹੈ ਜੀ। ਤਾਂ ਹੁਣ ਆਪਾਂ ਗਰੁੱਪ ਸੀ ਵਾਲੇ ਕੋਰਸ ਦੀ ਗੱਲ ਕਰਾਂਗੇ, CCC ਕੋਰਸ ਜਿਹੜਾ 80 ਘੰਟੇ ਦਾ, ਠੀਕ ਹੈ ਜੀ। ਤਾਂ ਇਹ ਕੋਰਸ ਹੋਣਾ ਚਾਹੀਦਾ ਵੀ ਜਿਹੜਾ ਚੰਡੀਗੜ੍ਹ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ IT ਕਾਂਸਟੇਬਲ। ਅਤੇ ਹੁਣ ਇੱਕ ਚੀਜ਼ ਇੱਥੇ ਨੋਟ ਕਰ ਲਓ, ਇਹ ਪੁਆਇੰਟ ਨੰਬਰ 3 ਤੁਸੀਂ ਪੜ੍ਹੋ ਧਿਆਨ ਨਾਲ। ਇੱਥੇ ਇਹਨਾਂ ਨੇ ਲਿਖਿਆ ਕਿ ਜਿਹੜੇ ਕੈਂਡੀਡੇਟਸ ਕੋਲ ਸਰਟੀਫਿਕੇਟ ਹੋਏਗਾ, ਡਿਪਲੋਮਾ ਹੋਏਗਾ, ਬੈਚਲਰ ਜਾਂ ਮਾਸਟਰ ਡਿਗਰੀ ਹੋਏਗੀ ਕੰਪਿਊਟਰ ਸਾਇੰਸ ਦੇ ਵਿੱਚ, ਠੀਕ ਹੈ, ਕੰਪਿਊਟਰ ਦੀ ਤੁਸੀਂ ਕੋਈ ਡਿਗਰੀ ਕੀਤੀ ਹੈ, ਡਿਪਲੋਮਾ ਕੀਤਾ, ਕੋਈ ਸਰਟੀਫਿਕੇਟ ਕੋਰਸ ਕੀਤਾ, ਤਾਂ ਤੁਸੀਂ ਸ਼ੈਲ ਬੀ ਐਗਜ਼ੈਂਪਟਡ ਫਰੋਮ ICT ਸਕਿੱਲਸ ਟ੍ਰੇਨਿੰਗ ਕੋਰਸ। ਤਾਂ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਜੀ, ਉਹਨਾਂ ਨੂੰ ਇਹ ਕੋਰਸ ਨਹੀਂ ਚਾਹੀਦਾ ICT ਸਕਿੱਲਸ ਕੋਰਸ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਿਓ, ਦੁਬਾਰਾ ਫਿਰ ਰਿਪੀਟ ਕਰ ਰਹੇ ਹਾਂ ਵੀ ਜੇਕਰ ਤੁਸੀਂ ਕੰਪਿਊਟਰ ਦੀ ਕੋਈ ਡਿਗਰੀ ਕੀਤੀ ਆ, BSc IT ਕੀਤੀ ਆ, BCA ਕੀਤੀ ਆ, MSc IT ਕੀਤੀ ਆ, MCA ਕੀਤੀ ਆ, ਠੀਕ ਆ, ਜਾਂ ਹੋਰ ਕੋਈ ਵੀ ਕੰਪਿਊਟਰ ਦੀ ਡਿਗਰੀ ਕੀਤੀ ਆ, ਕੰਪਿਊਟਰ ਪੜ੍ਹਿਆ, ਤਾਂ ਤੁਸੀਂ ਇਹ ਤੁਹਾਡੇ ਲਈ ਮੈਂਡੇਟਰੀ ਨਹੀਂ ਹੈਗਾ ICT ਸਕਿੱਲਸ ਟ੍ਰੇਨਿੰਗ ਕੋਰਸ, ਠੀਕ ਆ ਜੀ। ਇਸ ਚੀਜ਼ ਨੂੰ ਧਿਆਨ 'ਚ ਰੱਖੋ, ਇਸ ਕਰਕੇ ਆਪਣਾ ਬੇਫਿਕਰ ਹੋ ਕੇ ਅਪਲਾਈ ਕਰੋ ਜਿਨ੍ਹਾਂ ਨੇ ਕੰਪਿਊਟਰ ਦੀ ਡਿਗਰੀ ਕੀਤੀ ਆ, ਚੰਡੀਗੜ੍ਹ ਪੁਲਿਸ ਦਾ ਐਗਜ਼ਾਮ। ਅਤੇ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਇੱਥੇ ਹੋਰ ਕਲੀਅਰ ਕਰਦਾ ਵੀ ਆਪਣੇ ਕੋਲ ਨੋਟਸ ਹੈਗੇ ਆ ਜੀ ਚੰਡੀਗੜ੍ਹ ਪੁਲਿਸ ਦੇ,
ਚੰਡੀਗੜ੍ਹ ਪੁਲਿਸ ਦੇ ਨੋਟਸ ਹੈਗੇ ਆ ਜੀ ਆਈ ਟੀ ਕੋਂਸਟੇਬਲ ਦੇ ਲਈ, ਆਈ ਟੀ ਸਪੋਰਟ ਡੋਮੇਨ ਦੇ ਲਈ, ਠੀਕ ਹੈ, ਅਕੋਰਡਿੰਗ ਟੂ ਪੇਪਰ 2 ਸਿਲੇਬਸ। ਸਿਲੇਬਸ ਜਿਹੜਾ ਤੁਹਾਡਾ ਏਜ ਵਾਲਾ ਸਿਲੇਬਸ ਆ ਪੂਰਾ ਟੋਪਿਕ ਵਾਈਜ਼ ਆ, ਜਿਵੇਂ ਹੁਣ ਤੁਸੀਂ ਇੱਥੋਂ ਕੋਈ ਵੀ ਟੋਪਿਕ ਚੱਕ ਲਓਗੇ, ਇੰਟਲ ਚਿਪਸੈਟ ਸਕੀਮ ਦੇ ਆ, ਤਾਂ ਇਹਦੇ ਬਾਰੇ ਪੂਰਾ ਆਪਾਂ ਡਿਟੇਲ 'ਚ ਦੱਸਿਆ, ਇੰਟਲ ਚਿਪਸੈਟਸ ਕਿਹੜੀਆਂ ਹੁੰਦੀਆਂ, ਕਦੋਂ ਇਹ ਬਣੀਆਂ ਸੀ, ਇਹਦੀਆਂ ਟਾਈਪਸ ਕਿਹੜੀਆਂ ਹੁੰਦੀਆਂ, ਇਹਦੀਆਂ ਐਪਲੀਕੇਸ਼ਨਸ ਕਿਹੜੀਆਂ, ਐਡਵਾਂਟੇਜ ਕੀ ਆ, ਡਿਸਐਡਵਾਂਟੇਜ ਕੀ ਆ, ਤਾਂ ਸਾਰਾ ਆਪਾਂ ਡਿਫਾਈਨ ਕੀਤਾ ਹੋਇਆ ਇਹਨਾਂ ਨੋਟਸ 'ਚ। ਇਹ ਤੁਸੀਂ ਡੈਮੋ ਦੇਖ ਰਹੇ ਹੋ ਜੀ, ਇਹ ਡੈਮੋ ਹੈ ਜੀ ਨੋਟਸ ਦੀ। 3 ਮਾਰਚ ਨੂੰ ਤੁਹਾਡਾ ਐਗਜ਼ਾਮ ਹੋਣਾ ਅਤੇ ਆਪਣੀ ਹਰੀਕਾ ਕਲਾਸਿਸ ਦੀ ਟੀਮ ਵੱਲੋਂ ਇਹ ਨੋਟਸ ਤਿਆਰ ਕੀਤੇ ਗਏ ਆ। ਈ ਬੁੱਕ ਤਿਆਰ ਕੀਤੀ ਗਈ ਹੈ ਬੇਸਿਕਲੀ, ਠੀਕ ਹੈ, ਈ ਬੁੱਕ ਤੁਸੀਂ ਇਹਨੂੰ ਕਹਿ ਸਕਦੇ ਹੋ, PDF ਬੁੱਕ ਕਹਿ ਸਕਦੇ ਹੋ, ਤੁਸੀਂ ਇਹਨੂੰ ਪ੍ਰਿੰਟ ਕਢਾ ਕੇ ਆਪਣੀ ਇਹਦੀ ਤਿਆਰੀ ਕਰ ਸਕਦੇ ਹੋ। ਅਤੇ ਇਹ ਜਿਹੜੀ ਬੁੱਕ ਹੈ ਪੂਰੀ, ਇਹ 405 ਪੇਜਸ ਦੀ ਬੁੱਕ ਹੈ, ਠੀਕ ਹੈ। ਜਦੋਂ ਤੁਸੀਂ ਇਹਨੂੰ ਦੋਨੋਂ ਪਾਸੇ ਪ੍ਰਿੰਟ ਕਢਾਓਗੇ ਭਾਵ ਕਿ ਪੇਜਸ 'ਤੇ, ਠੀਕ ਹੈ, ਤਾਂ 203 ਪੇਜ ਰਹਿ ਜਾਣੇ ਆ ਜੀ ਦੋਨੋਂ ਪਾਸੇ ਪ੍ਰਿੰਟ ਦੇ। ਜੇ ਸਿੰਗਲ ਸਾਈਡ ਦੀ ਆਪਾਂ ਗੱਲ ਕਰੀਏ ਸਿੰਗਲ ਪੇਜਿਸ ਦੀ, ਤਾਂ 405 ਪੇਜਿਸ ਦੀ ਇਹ ਹੈਗੀ ਹੈ ਜੀ। ਅਤੇ ਉਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਦੇ ਵਿੱਚ ਇਹ ਤੁਸੀਂ ਦੇਖ ਲਓ, ਜਿਵੇਂ ਬੇਸਿਕ ਕੰਪਿਊਟਰ ਟਰਮੀਨੋਲੋਜੀ ਦੇ ਤੁਸੀਂ ਦੇਖੋਗੇ ਵੀ ਇਕੱਲਾ ਇਕੱਲਾ ਆਪਾਂ ਪੂਰਾ ਡਿਫਾਈਨ ਕੀਤਾ ਹੋਇਆ, ਠੀਕ ਹੈ, ਕਿਹੜੀ ਚੀਜ਼ ਨੂੰ ਕੀ ਕਹਿੰਦੇ ਆ, ਕੀ ਸਿਸਟਮ ਹੈ। ਓਪਰੇਟਿੰਗ ਸਿਸਟਮ ਦਾ ਦੇਖ ਲਓ, ਇਹਦਾ ਆਪਾਂ ਪੂਰਾ ਦੱਸਿਆ ਹੋਇਆ ਓਪਰੇਟਿੰਗ ਸਿਸਟਮ ਦੀਆਂ ਟਾਈਪਸ ਕਿਹੜੀਆਂ ਹੁੰਦੀਆਂ ਨੇ, ਕੀ ਗੱਲਬਾਤ ਹੈ ਇਹਦੀ ਪੂਰੀ, ਠੀਕ ਹੈ ਜੀ। ਉਸ ਤੋਂ ਇਲਾਵਾ ਜਿਵੇਂ ਸ਼ੈਲ ਪ੍ਰੋਗਰਾਮਿੰਗ ਆ ਗਈ, ਤਾਂ ਇਹਦੀਆਂ ਕਿਹੜੀਆਂ ਕਿਹੜੀਆਂ ਕਮਾਂਡਸ ਹੁੰਦੀਆਂ ਨੇ ਸ਼ੈਲ ਪ੍ਰੋਗਰਾਮਿੰਗ ਦੇ ਵਿੱਚ, ਉਹਨਾਂ ਦਾ ਕੰਮ ਕੀ ਹੁੰਦਾ, ਉਹ ਵੀ ਆਪਾਂ ਪੂਰਾ ਡਿਫਾਈਨ ਕੀਤਾ ਹੋਇਆ। ਤਾਂ ਇਸੇ ਤਰ੍ਹਾਂ ਆਪਾਂ ਇਹ ਜਿਹੜੀ ਡੈਮੋ ਹੈਗੀ ਆ, ਡੈਮੋ ਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਅਤੇ ਉਸ ਤੋਂ ਇਲਾਵਾ ਸੰਪਰਕ ਕਿਵੇਂ ਕਰ ਸਕਦੇ ਹੋ, ਸਾਨੂੰ ਨੋਟ ਕਰ ਲਓ, ਸਾਨੂੰ ਨੋਟਸ ਲੈਣ ਦੇ ਲਈ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ, ਇਸ ਵਟਸਐਪ ਨੰਬਰ 'ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਪ੍ਰਿੰਟੇਬਲ PDF ਫਾਈਲਸ ਆਪਣੀਆਂ ਲੈ ਸਕਦੇ ਹੋ ਇਗਜ਼ਾਮ ਦੇ ਲਈ। ਟੋਪਿਕ ਵਾਈਜ਼ ਕੰਪਲੀਟ ਸਿਲੇਬਸ ਕਵਰੇਜ ਮਿਲੇਗੀ ਤੁਹਾਨੂੰ, ਠੀਕ ਹੈ ਜੀ। ਅਤੇ ਆਲ ਦੀ ਬੈਸਟ ਤੁਹਾਨੂੰ ਇਗਜ਼ਾਮ ਦੇ ਲਈ। ਕੋਈ ਹੋਰ ਡਾਊਟ ਹੈ ਚੰਡੀਗੜ੍ਹ ਪੁਲਿਸ ਭਰਤੀ ਦੇ ਰਿਲੇਟਡ, ਸਾਨੂੰ ਪੁੱਛ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ਬਾਕੀ ਅਪਡੇਟਸ ਜਾਣਾ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।